कोई न किसे दावे दी दुनिया मतलब दी, कोई न किसे दावे दी दुनिया मतलब दी, कोई न किसे दावे दी दुनिया मतलब दी। परमपिता परमात्मा सावन कृपा के चरणों में नमस्कार है, जिन्होंने गरीब आत्मा से रहम किया, दया की, आपका जश करने का मौका दिता है। आप पहला तड़प मेरे अपने गुरु वास्ते पैदा करके साड़ी सुखी आत्मा के अंदर, खुली आत्मा के अंदर उसने तड़प मेरे पैदा आपके मिलने की ਕੀਤੀ ਕੀ ਉਸਦਾ ਧੰਨਵਾਦ ਕਰੀਏ। ਲਫ਼ਜ਼ਾਂ ਨਾਲ ਹੋ ਹੀ ਨਹੀਂ ਸਕਦਾ। ਸੱਚ ਤਾਂ ਇਹ ਹੈ ਕਿ ਜਦ ਅਸੀਂ ਪੂਰਨ ਤਰ੍ਹਾਂ ਨੌ ਦੁਆਰੇ ਖਾਲੀ ਕਰਕੇ ਸਿਮਰਨ ਦੇਈਏ, ਅੱਖਾਂ ਪਿੱਛੇ ਅਕਾਗਰ ਹੋ ਜਾਂਦੇ ਹਾਂ ਉਸ ਆਵਾਜ਼ ਨੂੰ ਜੋ ਕਣ ਕਣ ਦੇ ਵਿੱਚ ਵਿਆਪਕ ਹੈ, ਜਾ ਕੇ ਪਕੜ ਲੈਂਦੇ ਹਾਂ। ਸੱਚਾ ਧੰਨਵਾਦ ਗੁਰੂ ਦੇ ਚਰਨਾਂ ਦੇ ਵਿੱਚ ਪਹੁੰਚ ਕੇ ਹੋ ਸਕਦਾ ਹੈ। ਹਾਂ, दो सवाल हैं जी, एक दूसरे से मिलते जुलते हैं। पहला तो यह है कि जहां हम काम करते हैं वहां पर अक्सर लोग हमें तोहफे देते हैं, हमें उसकी बड़ी चिंता होती है क्योंकि हम वो तोहफे स्वीकार करना नहीं चाहते। लेकिन जब हम तोहफे लेने से मना कर देते हैं तो जो लोग तोहफे देते हैं वो बुरा मान जाते हैं। तो हम इस स्थिति को किस तरह से इसका सामना कर सकते हैं, और अगर हम तोहफे स्वीकार करते हैं तो कर्मों के हिसाब से इसका क्या असर पड़ता है। और दूसरा सवाल ये है कि सत्संगियों के बीच में जो लेना देना होता है पैसे का, या शारीरिक रूप से या कोई और बाहरी रूप से, क्या वो ठीक है? मैं कल सत्संग काफी दसा कि संसार आए हैं, इंसान वो प्राणी है कि जेड़ा मिलजुल के रहिंदा आया है, तो असीं सब दे नाल प्यार बना के रखना है, मेल बना के रखना है। क्योंकि जे ज्यादा आपां बरीकी विच जाइए, वाल दी खल ते नज़र लाई जाइए, उहदे विचों कुछ प्राप्त नहीं हुंदा गा। अगर तुहानूं प्यार दे नाल कोई तोहफा दिंदा है उहदा तुसीं धन्नवाद करो, लेकिन वह तोहफा तुसी अपने वरतों में ना लियो। जेड़ा कोई थानू प्यारा है तुसी अगे वो दे दियो। मसला तो लालच का है कि तुसी लालच बस उसनू पास ना रखो, लोगों को नवैश ना करो कि सानू लोग इतने तोहफे देंदे है ता कि सुन के होर ही कोई सत्संगी थानू तोहफे देने बैठे भी ये तोहफे लैण का बड़ा शौकीन है, बड़ा खुश होएगा। सब तो चंगी गल यह है कि अगर थानू कोई तोहफा दिता है वह तुसी जरूरतमंद नूं दे दिओ, जिहदे कोल पहले ही बहुत कुछ है उहनूं वह देण दे विच कोई फायदा नहीं हुंदा गा। सच तां यह हुंदा है कि तोहफ्यां पिछे बहुत कुछ छुपिया हुंदा है। पता नहीं कोई प्रेमी की आशा रख के सानूं तोहफा दिंदा हुंदा है। ਇਹ ਜਿਹੀਆਂ ਚੀਜ਼ਾਂ ਤੋਂ ਬਚਿਆ ਹੀ ਜਾਵੇ ਤੇ ਅੱਛਾ ਹੈ। ਸਭ ਤੋਂ ਚੰਗਾ ਇਹੀ ਹੈ ਕਿ ਕਿਸੇ ਲੋੜਵੰਦ ਬੰਦੇ ਨੂੰ ਤੁਸੀਂ ਉਹ ਦੇ ਦਿਓ, ਕਿਉਂ ਪਤਾ ਨਹੀਂ ਉਸਦੇ ਕਿਹੋ ਜਿਹੇ ਕਰਮ ਹੈ, ਉਹਨੇ ਕੀ ਆਸ਼ਾ ਰੱਖ ਕੇ ਤੁਹਾਨੂੰ ਉਹ ਤੋਹਫਾ ਦਿੱਤਾ ਹੈ। ਹਾਂ ਬਈ, ਦੂਸਰਾ ਸਵਾਲ ਜਿਹੜਾ ਹੈ ਕਿ ਪ੍ਰੇਮੀ ਸਾਨੂੰ ਆਪਸੀ ਵਿੱਚ ਵਿਹਾਰ ਕਰਦੇ ਆ, ਦੇਣਾ ਲੈਣਾ ਕਰਦੇ ਹੈ। ਮੈਂ ਆਪ ਨੂੰ ਗੁਰੂ ਗੋਬਿੰਦ ਸਿੰਘ ਦੀ ਹਿਸਟਰੀ ਦੀ ਇੱਕ ਦਿਲਚਸਪ ਕਹਾਣੀ ਸੁਣਾਉਂਦਾ ਹੈ। ਭਾਈ ਲੋਹਾਰਾ ਸਿੰਘ, ਆਲਮ ਸਿੰਘ ਦੋ ਉਹਨਾਂ ਦੇ ਸੇਵਕ ਸੀ, ਉਹਨਾਂ ਨੇ ਆਪਸਰੀ ਨੇ ਲੈਣੇ ਦੇਣੇ ਦਾ ਵਿਹਾਰ ਪਾਇਆ। ਉਹ ਲੋਹਾਰਾ ਸਿੰਘ ਜਿਹੜਾ ਸੀਗਾ ਉਹ ਉਸ ਤੋਂ ਪੈਸੇ ਲੈ ਲਏ ਕਿ ਦੇਖ ਬਈ ਆਪਣੀ ਲਿਖਤ ਪੜ੍ਹਤ ਗੁਰੂ ਹੈ, ਆਪਾਂ ਗੁਰੂ ਭਾਈ ਹੈ। ਉਹ ਕਈ ਸਾਡੇ ਸਤਸੰਗੀ ਬੜੇ ਭੋਲੇ ਭਾਲੇ ਹੁੰਦੇ ਹੈ, ਹਰ ਇੱਕ ਦੀ ਸ਼ਰਧਾ ਗੁਰੂ ਪਰ ਆਪੋ ਆਪਣੇ ਅਲੱਗ ਅਲੱਗ ਕਰਮਾਂ ਦੇ ਮੁਤਾਬਕ ਹੁੰਦੀ ਹੈ। ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਦੇ ਨੇਕ ਕਰਮ ਪਿੱਛੇ ਬੈਕਗਰਾਊਂਡ ਅੱਛਾ ਹੁੰਦਾ ਹੈ ਉਹ ਸਭ ਕੁਛ ਗੁਰੂ ਦੇ ਬਾਹਰ ਹੀ ਬੈਠੇ ਹੁੰਦੇ ਹੈ, ਲੇਕਿਨ ਇਹ ਬਾਹਰ ਦੇਖਣੇ ਦੀ ਪਰਖਣੇ ਦੀ ਬਾਤ ਨਹੀਂ ਹੁੰਦੀ।
ਉਹਦੀ ਆਤਮਾ ਜਾਣਦੀ ਹੈ ਜਾਂ ਇਹ ਗੁਰੂ ਜਾਣਦਾ ਹੈ ਕਿ ਮੇਰੇ ਉੱਤੇ ਇਸ ਨੇ ਕੀ ਵਾਰਿਆ ਹੋਇਆ ਹੈ, ਮੇਰੇ ਨਾਲ ਇਹਦਾ ਕਿੰਨਾ ਕੁ ਸੰਪਰਕ ਹੈ। ਉਹ ਲੋਹਾਰਾ ਸਿੰਘ ਉਸ 'ਤੇ ਵਿਸਰ ਗਿਆ, ਉਸ ਨੂੰ ਕੁਛ ਪੈਸੇ ਦੇ ਤੇ। ਜਦੋਂ ਵੀ ਉਹ ਸਤਸੰਗ 'ਤੇ ਆਉਂਦਾ ਉਹ ਪ੍ਰੇਮੀ ਉਹ ਤੋਂ ਮੰਗਦਾ, ਉਹ ਟਾਲ ਪਟੋਲ ਕਰ ਦਿੰਦਾ। ਆਖਿਰ ਇੱਕ ਦਿਨ ਉਸ ਨੂੰ ਦਬਕ ਦਿੱਤਾ ਕਿ ਦੇਖ ਬਈ ਜੇ ਸਿੱਖ ਸਿੱਖ ਦਾ ਖਾਵੇ ਤਾਂ ਕਿਹੜੀ ਗੱਲ ਦੀ ਚਿੰਤਾ ਹੈ। ਗੁਰੂ ਸਾਹਿਬ ਇਹ ਸੁਣ ਰਹੇ ਸੀ, ਉਹਨਾਂ ਨੇ ਆਖਿਆ ਕਿ ਇਹ ਤਾਂ ਬੜੀ ਬੁਰੀ ਗੱਲ ਹੈ। ਉਹਨੇ ਜਾ ਕੇ ਗੁਰੂ ਕੋਲ ਸ਼ਿਕਾਇਤ ਕੀਤੀ ਕਿ ਮਹਾਰਾਜ ਜੀ ਤੁਹਾਨੂੰ ਸਾਖੀ ਰੱਖ ਕੇ ਇਹਨੇ ਪੈਸੇ ਲਏ ਸੀਗੇ, ਇਹਨੇ ਆਪਦਾ ਵਪਾਰ ਕੀਤਾ ਹੈ, ਹੁਣ ਇਹ ਕਹਿੰਦਾ ਵੀ ਜੇ ਸਿੱਖ ਸਿੱਖ ਦਾ ਖਾਏ ਤਾਂ ਕਿਹੜੀ ਚੀਜ਼ ਦੀ ਇਹ ਚਿੰਤਾ ਹੈ। ਗੁਰੂ ਸਾਹਿਬ ਕਹਿਣ ਲੱਗੇ ਦੇਖ ਬਈ ਬਾਣੀ ਦੇ ਵਿੱਚ ਇਹ ਲਿਖਿਆ ਹੋਇਆ ਹੈ। ਉਹ ਕਹਿਣ ਲੱਗਿਆ, ਉਹ ਲੋਹਾਰਾ ਸਿੰਘ ਕਹਿਣ ਲੱਗਿਆ ਕਿ ਬਾਣੀ 'ਚ ਲਿਖਿਆ ਕਿ ਇੱਥੇ ਲੈ ਲੈ ਮੁਕਰ ਪਾਹੇ ਕਿ ਦੇਖ ਪਿਆਰਿਆ, ਗੁਰੂ ਸਾਹਿਬ ਨੇ ਲਿਖਿਆ ਨਾ ਅਨੇਕਾਂ ਹੀ ਲੈ ਲੈ ਕੇ ਮੁਕਰ ਜਾਂਦੇ ਹੈ। ਤੋ ਉਹਨੂੰ ਬੜਾ ਦੁੱਖ ਹੋਇਆ ਕਿ ਦੇਖ ਨਾਲੇ ਤਾਂ ਗੁਰੂ ਸਾਹਿਬ ਦੀਆਂ ਜਿਹੜੀਆਂ ਤੁਕਾਂ ਹੈ ਇਹ ਗਲਤ ਆਪਦੇ ਮਤਬਲ ਦੀ ਖਾਤਰ ਇਸਤੇਮਾਲ ਕਰਦਾ ਹੈ। ਜਦ ਗੁਰੂ ਸਾਹਿਬ ਦੇ ਉਹ ਪੇਸ਼ ਹੋਏ ਕਹਿੰਦਾ ਜੀ ਤੁਸੀਂ ਲਿਖਿਆ ਨਾ ਕਿ ਤੇ ਲੈ ਲੈ ਮੁਕਰ ਪਾਹੇ, ਜੇ ਮੈਂ ਮੁਕਰ ਗਿਆ ਤਾਂ ਤੁਹਾਡੀ ਤੁਕ 'ਤੇ ਹੀ ਅਮਲ ਕੀਤਾ ਹੈ। ਉਹ ਕਹਿਣ ਲੱਗੇ ਉਹ ਭਾਈ ਸਿੱਖਾ ਤੂੰ ਅਗਲੀ ਤੁਕ ਤਾਂ ਪੜ੍ਹ, ਉਹਦੇ ਵਿੱਚ ਕੀ ਲਿਖਿਆ ਹੈ। ਉਹਦੇ ਵਿੱਚ ਸੀ ਕਿ ਤੇ ਮੂਰਖ ਖਾਹੇ ਖਾਹੇ। ਹੁਣ ਮੂਰਖ ਬਣਨਾ ਤੁਹਾਨੂੰ ਪਤਾ ਸੰਗਤ ਦੇ ਵਿੱਚ ਬੜਾ ਮੁਸ਼ਕਲ ਹੈ। ਉਹ ਝਾਕ ਕੇ ਸਾਰੀ ਸੰਗਤ ਕਦੇ ਕਹਿਣ ਲੱਗਿਆ ਦੇਖਿਓ ਜੀ ਮੈਨੂੰ ਤਾਂ ਇੱਕੋ ਹੀ ਤੁਕ ਕਾਫ਼ੀ ਹੈ ਜਿਹੜੀ ਮੈਂ ਪਹਿਲੀ ਬੋਲੀ ਹੈ, ਬਾਕੀ ਦੀ ਇੰਨੀ ਸੰਗਤ ਬੈਠੀ ਹੈ, ਇਹ ਇਸ ਤੁਕ ਨੂੰ ਪੜ੍ਹੇ। ਚੰਗਾ ਬਿਹਤਰ ਇਹੀ ਹੁੰਦਾ ਹੈ ਕਿ ਸਾਨੂੰ ਸਤਸੰਗੀਆਂ ਨੂੰ ਪੈਸੇ ਦਾ ਲੈਣੇ ਦੇਣ ਦਾ ਵਿਹਾਰ ਤੋਂ ਬਚਣਾ ਹੀ ਚੰਗਾ ਹੁੰਦਾ ਹੈ। ਮਹਾਰਾਜ ਸਾਵਣ ਸਿੰਘ ਬੜੇ ਖਬਰਦਾਰ ਕਰਦੇ ਹੁੰਦੇ ਸੀਗੇ ਵੀ ਸਾਨੂੰ ਇਸ ਬੜਾ ਸਤਸੰਗੀਆਂ ਵਾਸਤੇ ਖਤਰਨਾਕ ਵਿਹਾਰ ਹੁੰਦਾ ਹੈ ਜਿਹੜਾ ਪੈਸੇ ਦਾ ਦੇਣ ਲੈਣ ਪਾਉਣਾ ਹੈ। ਤੁਹਾਨੂੰ ਪਤਾ ਪਿਆਰ ਖਤਮ ਹੋ ਜਾਂਦਾ ਹੈ, ਗੁਰੂ ਦੇ ਉੱਤੇ ਵੀ ਅਭਾਵ ਆ ਜਾਂਦਾ ਹੈ। ਜਦੋਂ ਅਸੀਂ ਇੱਕ ਦੂਜੇ ਨੂੰ ਕਹਿੰਦੇ ਹਾਂ ਦੇਖੋ ਬਈ ਗੁਰੂ ਵਾਲਾ ਦੇ ਇਹ ਹੋ ਕੇ ਵੀ ਮੇਰੇ ਪੈਸੇ ਨਹੀਂ ਫਿਰਦਾ, ਕਿਉਂਕਿ ਮੌਕੇ ਦੇ ਉੱਤੇ ਕਰਜ਼ਾ ਮੋੜਨਾ ਬੜਾ ਔਖਾ ਹੋ ਜਾਂਦਾ ਹੈ। ਪਿਆਰੇ ਮੇਰੇ ਪਾਸ ਬਹੁਤ ਸਾਰੇ ਪ੍ਰੇਮੀ ਇਸ ਤਰ੍ਹਾਂ ਦੇ ਆਉਂਦੇ ਹੈ ਜਿਹੜੇ ਮਿਲ ਕੇ ਕੋਈ ਬਿਜ਼ਨਸ ਕਰਨਾ ਚਾਹੁੰਦੇ ਹੈ। ਮੈਂ ਉਹਨਾਂ ਨੂੰ ਕਦੇ ਵੀ ਇਜਾਜ਼ਤ ਨਹੀਂ ਦਿੰਦਾ ਹੁੰਦਾ ਗਾ। ਮੈਂ ਕਹਿੰਦਾ ਦੇਖੋ ਬਈ ਅੱਜ ਤੁਹਾਡਾ ਪਿਆਰ ਹੈ, ਕੱਲ ਨੂੰ ਤੁਸੀਂ ਇੱਕ ਦੂਸਰੇ ਦੇ ਵਿਰੋਧੀ ਹੋਵੋਗੇ, ਉਹਦੇ ਨਾਲ ਬਿਹਤਰ ਹੈ ਤੁਸੀਂ ਇਕੱਲੇ ਇਕੱਲੇ ਆਪੋ ਆਪਣਾ ਭਾਰ ਉਠਾਓ, ਇਕੱਲੇ ਹੀ ਚਲਾਓ ਤਾਂ ਬਿਹਤਰ ਰਹੇਗਾ। ਕਹਿਣ ਨੂੰ ਇਹਦੇ ਮੁਤਾਲਕ ਇਹ ਸਵਾਲ ਤੇ ਬਹੁਤ ਕੁਛ ਹੈ, ਲੇਕਿਨ ਮੈਂ ਪਿਆਰ ਨਾਲ ਤੁਹਾਨੂੰ ਇਹੀ ਸਲਾਹ ਦੇਵਾਂਗਾ ਕਿ ਹਰ ਸਤਸੰਗੀ ਨੂੰ ਆਪਣੇ ਪਾਉਂ ਪਰ ਖੜਨਾ ਹੀ ਅੱਛਾ ਹੈ, ਜਿੰਨਾ ਕਰਜ਼ੇ ਤੋਂ ਬਚਿਆ ਜਾਏ ਉਨਾ ਹੀ ਅੱਛਾ ਹੁੰਦਾ ਹੈ। ਤੁਸੀਂ ਪਰਮਾਤਮਾ ਕਿਰਪਾਲ ਦੀ ਇਸ਼ਟੀ ਪੜ੍ਹਦੇ ਹੋ, ਉਹਦੇ ਵਿੱਚ ਆਉਂਦਾ ਹੈ ਕਿ ਉਹ ਰਿਸ਼ਵਤ ਨਹੀਂ ਲੈਂਦੇ ਸੀਗੇ, ਕਰਦੇ ਉਹਨਾਂ ਨੂੰ ਕਾਫ਼ੀ ਤੰਗ ਕਰਦੇ ਸੀ ਖਰਚੇ ਕਰਨੋਂ ਕਿ ਤੁਸੀਂ ਬਾਹਰੋਂ ਕਿਉਂ ਨਹੀਂ ਲੈਂਦੇ ਗਏ। ਉਹ ਕਹਿਣ ਲੱਗੇ ਕਿ ਮੈਨੂੰ ਜੋ ਮਰਜ਼ੀ ਹੈ ਤੁਸੀਂ ਖਰਚਾ ਕਰਨ ਨੂੰ ਦੇ ਦਿਓ, ਮੇਰਾ ਕੋਈ ਇਤਰਾਜ਼ ਨਹੀਂ ਗਾ, ਲੇਕਿਨ ਇਹ ਕੰਮ ਮੈਂ ਨਹੀਂ ਕਰਦਾ ਗਾ। ਆਖਿਰ ਇਤਨੀ ਤੰਗੀ ਆ ਗਈ ਸੀਗੀ ਕਿ ਆਪ ਇੱਕ ਹਫ਼ਤਾ ਤਨਖਾਹ ਮਿਲਣ 'ਚ ਰਹਿੰਦਾ ਸੀ, ਬਸ 2 ਹੀ ਰੁਪਏ ਸਨ ਜਿਹੜੇ ਉਹ ਛੋਲਿਆਂ ਦੇ ਦਾਣੇ ਲਿਆ ਕੇ ਚੱਬ ਲੈਂਦੇ ਸੀਗੇ, ਲੇਕਿਨ ਕਿਸੇ ਤੋਂ ਕਰਜ਼ਾ ਨਹੀਂ ਚੁੱਕਿਆ ਸੀਗਾ। ਹਾਲਾਂਕਿ ਉਦੋਂ ਵੀ ਸੰਗਤ ਮਹਾਰਾਜ ਸਾਵਣ ਦੀ ਉਹਨਾਂ ਦੇ ਪਾਸ ਮੌਜੂਦ ਸੀ, ਉਹ ਚੱਕ ਸਕਦੇ ਕਿਸੇ ਸੰਗੀ ਤੋਂ ਵੀ ਕਰਜ਼ਾ, ਲੇਕਿਨ ਉਹਨਾਂ ਨੇ ਫੈਸਲਾ ਕੀਤਾ ਕਿ ਸੁਬਾਹ ਗੁਰੂ ਯਾਦ ਨਹੀਂ ਆਏਗਾ, ਕਰਜ਼ੇ ਵਾਲਾ ਯਾਦ ਆਏਗਾ। ਉਹਨਾਂ ਨੇ ਇੱਕ ਨਮੂਨਾ ਬਣ ਕੇ ਸਾਨੂੰ ਇਹ ਦੱਸਿਆ ਕਿ ਕਰਜ਼ੇ ਤੋਂ ਬਚੋ ਇੱਕ ਦੂਸਰੇ ਸਤਸੰਗੀ ਤੋਂ ਜਾਂ ਹੋਰ ਕਿਸੇ ਤੋਂ, ਕਿਉਂਕਿ ਸਾਡੇ ਭਜਨ 'ਤੇ ਉਸ ਦਾ ਬੁਰਾ ਅਸਰ ਪੈ ਜਾਂਦਾ ਹੈ। ਮਹਾਰਾਜ ਕਿਰਪਾਲ ਚਮਕਦਾ ਹੋਇਆ ਸਤਾਰਾ ਸੀ ਦੁਨੀਆਂ ਦੇ ਵਿੱਚ। ਤੁਸੀਂ ਭਜਨ 'ਚ ਪੜ੍ਹਦੇ ਹੋ ਜੋ ਵਸ ਹੈ ਲਾਲਚ ਦੇ ਬੇਚਮਕ ਸਤਾਰਾ ਹੈ। ਪਿਆਰੇ ਹੋ ਜੋ ਲਾਲਚ ਦੇ ਵਸ ਹੁੰਦਾ ਹੈ ਉਹ ਦੇਖਣ ਦੇ ਵਿੱਚ ਜ਼ਰੂਰ ਸਤਾਰਾ ਨਜ਼ਰ ਆਉਂਦਾ, ਲੇਕਿਨ ਉਹਦੇ ਵਿੱਚ ਚਮਕ ਨਹੀਂ ਹੁੰਦੀ। ਇਸੇ ਤਰ੍ਹਾਂ ਅਸੀਂ ਇਨਸਾਨ ਦੀ ਸ਼ਕਲ ਤਾਂ ਜ਼ਰੂਰ ਰੱਖਦੇ ਹੁੰਦੇ ਹਾਂ, ਲੇਕਿਨ ਸਾਡੇ ਅੰਦਰ ਇਨਸਾਨਾਂ ਵਾਲੇ ਗੁਣ ਨਹੀਂ ਹੁੰਦੇ ਗਏ।
सो इस वास्ते वो परमात्मा कृपाल की तरफ ही मेरा वो इशारा तुमदा ये लालच तो उपर है, ये वो सितारा है जेड़ा दुनिया दे विच चमक रहा है। हाँ धूम्रपान की आदत से किस तरह से छुटकारा पाया जा सकता है, खास करके उस व्यक्ति के लिए जो कि अगर धूम्रपान ना करे और निकोटीन की कमी की वजह से उसके अंदर उदासी आ जाए, तो ऐसा बंदा कैसे धूम्रपान छोड़ सकता है? हाँ मेरे प्यारे, वो बड़ा दिलचस्प सवाल है। हासा भी बड़ा होता है, इसका जवाब देते हैं। जो लोग कोई ऐब करते हैं किसी भी नशे का, उन्हां दी बड़ियां कहानियां आप दे मतलब दियां कड़ियां हुंदियां हन। वो घर वालियां नूं आप दे यारां मित्रां नूं अच्छी तरह विश्वास दवा देंदे है, आप दे ऐब नूं छड्डण दी बजाए आप दी गलत नीति नूं छड्डण दी बजाए अनेकां गलत उदाहरणां होर दे देंदे है। एक महाराज कृपाल दा नाम लेवा सी, मैनूं बड़ा अफसोस है ये गल करदे नूं। वो परमात्मा कृपाल उन्हां दे कर रहा दो दफा उन्हां नूं नाम दिता। असी काफी सत्संगी लोग उस परिवार की इज्जत करते रहे, लेकिन उन्हां दा एक लड़का बुरी संगत च पै के शराब पीण की आदत पै गई। इतनी आदत पै गई क्योंकि बुरी आदत पाउणी तां आसान हुंदी है, छड्डणी बड़ी औखी है। घर वाले उन्हें परेशान कर भी तू छड़दा क्यों नहीं गा, उहदी सेहत बहुत डाउन हो गई, सोचण शक्ति ते बड़ा असर पिया। अखीर उन्हें पकड़ के कोई 20 दिन हो गए मेरे पास, वो परिवार वाले ले आए कि जी तुसीं इधर कोई निगाह करो। उसने परिवार वाले को एक कहानी कढ़ी हुई सी, बई मैं नहीं पीना, मैनू कोई गैबी शक्ति शराब पिलाउंदी है। घर वाले ने इस चीज के उत्ते एतवार किया, अखीर उन्हें मेरे पास ले आए, अगे जी एदा इस गैबी शक्ति तो तुसी खेड़ा छुड़ाओ। मैं सुन के बड़ा प्रभावित होया, मैं उन्हें बड़े प्यार ना कहा, मैं कहा देख भाई अगर तू शराब दे पैसे दे के मंगाना है ता मेरा कोई कसूर नहीं, मैं जो मैं वार नहीं गा। हाँ जे गैबी शक्ति पैसे दे के शराब दे मंगाउंदी है ते मैं तेरे बूहे ते दुनियावी तौर ते भी पहरा दे सकदा है और गुप्त रूप ते भी तेरा मैं पहरा देऊंगा, मैं उस शक्ति नूं हटाऊंगा। अगर ना हटाया तू मेरे दुनिया झूठा करी, अगर जे तू झूठ बोलदा है ते अगे वास्ते ए झूठ की कसम खा भी मैं झूठ नहीं बोलूंगा। मैनू अफसोस ना कहना पैंदा है कि वो बड़ा हस के कह लगा नहीं जी गलती तो मेरी है, मैं आपके घर वालों नूं ही बुद्धू बनाया हुआ है। यह जिहियां कहानियां प्यारे हो जिहड़े लोग ऐब छड्डण की बजाए उस ऐब नूं सच करन की खातर ऐसियां कहानियां घड़ लेंदे आ, लेकिन इहदे विच सच्चाई कोई नहीं हुंदी कि आदत पा तां लैंदे है लेकिन वो फिर छड नहीं सकते। लोग प्यारे हो, मेरा एक दोस्त आर्मी दे विच यरूशलम हुंदा सीगा, उहने सुबह आराम नाल पै होना, जदों उन्हें सिगरट लाउनी फिर उन्हें पैना औखा हो जाता, खांसी आनी। मैं उन्हें कहना हुंदा सीगा तू इन मां नूं नाल दी नूं छेड़ आराम ना पै। प्यारे हो, यरूशलम ने आपका ऐब नहीं मनना, उन्हें भी एक चुटकला बनाया हुआ सीगा। वह अगों मैं गुणा संभाल के कहना अगे सिख गया बैकुंठ नूं चढ़ाया पालकी ना, पिछा मुड़ के आ गया पले तमाकू ना। कह लगा सिख सुरगां च गया सीगा, उन पुछन लगे भी तेरे कोल तमाकू है? वह कहिंदा नहीं, साढ़े तां गुरु का घोड़ा भी नहीं वड़िया सीगा। तो कह लगा जा तू चलिया जा। ਉਹ ਐਬ ਛੱਡਣ ਦੀ ਬਜਾਏ ਉਹਨੇ ਚੁਟਕਲੇ ਬਣਾਇਆ ਹੋਇਆ ਸੀਗਾ। ਸੋ ਪਿਆਰੇ ਹੋ, 18 ਪ੍ਰਾਣਾਂ ਦੇ ਵਿੱਚੋਂ ਸੁਗੰਧ ਪ੍ਰਾਣ ਇੱਕ ਪ੍ਰਾਣ ਹੈ, ਬੜਾ ਕੀਮਤੀ ਹੈ। ਉਹਦੇ ਅੰਦਰ ਨਾਰਦ ਨੂੰ ਬਰਮਾ ਗਿਆਨ ਕਰਾਉਂਦਾ ਹੈ ਹਰ ਬੂਟੀ ਦਾ।
ओदे अंदर बूटियां दा जिक्र है कि किस बूटी किस काम आउंदी है दवाइयां दे विच। जद तंबाकू दी बूटी आई तो रिखी नारद नूं ब्रह्मा कहण लगा, देख भई सतयुग त्रेता द्वापर दे विच इस नूं कोई नहीं वरतेगा, जब चौथा युग आएगा लोग उदो जप तप बहुत करेंगे लेकिन इस बूटी नूं वर्तन करके उन्हां दे सारे नष्ट हो जाएंगे। अगर ब्राह्मण होके पढ़िया लिखिया होके ए नूं वरतेगा वह गां दा सूर बनेगा, जिहड़ा उस नूं दान देवेगा वह भी उसे ही जून दा भागी बनेगा। इसे तरह 18 पुराणां दे विचों नासकेत पुराण नासकेत रीति दा लिखिया होया, मैनूं बहुत सारे आपके पिछले जन्मां दा बयान सीगा, उस दे अंदर तंबाकू पीण वाले नूं वी कहा है कि अगला जन्म उस नूं गिद्दड़ दा बनेगा, वह रात नूं कूका मारिया करेगा। कबीर साहब ने कहा, भाग माछली सुरापान जो जो प्राणी खाए, तीर्थ वर्तर नेम किए सबे रसा तल जाए। गुरु गोबिंद सिंह संगत दे नाल तुरे जांदे सीगे, अगे तंबाकू दा खेत आया, उन्हां दे घोड़े ने अड़ी कीती अगे जान दी जाए। गुरु गोबिंद सिंह ने कहा वे अगे देखो की चीज है, जे देखिया तो तंबाकू दा खेत सी। गुरु गोबिंद सिंह ने आपकी संगत नूं बड़ी सख्त हदायत कीती कि इस नूं भुल के भी यूज नहीं करना, सख्त यह है कि मेरा सिख नहीं होएगा जो इस नूं तंबाकू नूं वरतेगा। बॉम्बे दे नेड़े स्टेट है सांगली, वो राजा महाराज सावन सिंह का नाम लेवा सी, जब उन्होंने सदे दे उत्ते सत्संग देण वास्ते गए, उन्होंने आपके खेत के काफ़ी प्लाट दिखाए। जब तंबाकू का प्लाट आया, महाराज सावन सिंह ने उस खेत पैर नहीं पाया, पिछे हट के कह लगे, देखो भाई साडे तो गुरु साहब जेड़े सीगे वड्डे उन्हां दा घोड़ा तंबाकू दे खेत च नहीं वड़िया सीगा, असीं क्यों इहदे विच पैर धरीए। एक तो सानूं इस कहानी तो महाराज सावन सिंह दी तुरही मिलदा है कि संतां दे दिल विच हो चुके संतां दी किन्नी इज्जत हुंदी है, किन्ना उन्हां दे हुक्मां दी पालना करदे है। सो दूसरा सानू ससंगियां नू महाराज सावन सिंह दी इस बात दे उत्ते अमल करना चाहिदा है कि जब साडा गुरुदेव जी महाराज तंबाकू दे खेत नहीं वड़दा सी, असी इस नू आपदे अंदर दाखिल करदे हैं, किन्ना साडे वास्ते ए गुरु हुकम दी उलंघना है। प्यारे अजकल तां डॉक्टरां ने भी यह साबित कर दिता है कि तंबाकू तो कितनियां खतरनाक बीमारियां लगदियां हन। आम मुल्कां दे अंदर आम सार्वजनिक जगह दे अंदर तंबाकू पीण की मनाही करी हुई है। सानू पता है कि दिल्ली दे अंदर तंबाकू नोशी ते पाबंदी लगी है, जिस इलाके च आपां बैठे नूं हरियाणा कहिंदे है, इत्थे शराबबंदी पूर्ण नशाबंदी है। अखबार दे विच कार्टून छपिया है, उहदे विच इसे तरह का कोई मन चला इस तरह हथ करे है, एक च सिगरट फड़ी है, एक च बोतल फड़ी है कि जे शराब पीनी है तो दिल्ली चलो, जे तंबाकू पीना तो हरियाणा च चलो। हाँ भाई, बाबा बिशन दास जिन्हां तो मैंने दो शब्द का भेद मिलिया सीगा, जिन्हां दा मैं सदा ही आभारी हैं क्योंकि इस जिंदगी दी नींव डालण वाले बाबा बिशन दास ही सन। वो एक चुटकुला सुनाउंदे हुंदे सीगे, जिहड़ा तंबाकू दे खेत फिरदा सीगा वो घास भाल भाल के खा रहा सीगा, तंबाकू नहीं खा रहा सी। किसे ने पुछया कि गधे मियां तू इस बूटी नूं नहीं खांदा गा, वो आदा मैं सुनया भी जिहड़ा इस नूं पींदा है खांदा है यूज करदा है वो गधा बन जांदा है, तो मैं तां पहले ही गधा है, इस तों मैं की बनूंगा। प्यारे बच्चिओ, जद दा संसार बनिया है उस परमात्मा ने
ਇਹਦੀ ਮਰਯਾਦਾ ਨੂੰ ਕਾਇਮ ਕਰਨ ਵਾਸਤੇ ਆਪਣੇ ਪਿਆਰੇ ਬੱਚੇ ਰਿੱਖੀ ਮੁਨੀ ਸੰਸਾਰ ਦੇ ਵਿੱਚ ਭੇਜੇ। ਉਹਨਾਂ ਨੇ ਜੋ ਚੀਜ਼ ਸਾਡੇ ਵਰਤੋਂ ਦੇ ਵਿੱਚ ਆਉਣ ਵਾਲੀ ਸੀਗੀ, ਸਾਡੀ ਸਿਹਤ ਦੇ ਫਾਇਦੇਮੰਦ ਸੀ, ਉਹਨਾਂ ਉਹਨਾਂ ਦਾ ਸਾਨੂੰ ਗਿਆਨ ਆਪਦੇ ਗ੍ਰੰਥਾਂ ਦੇ ਵਿੱਚ ਕਰਾਇਆ ਹੋਇਆ ਹੈ। ਪਿਆਰਿਓ, ਉਹਨਾਂ ਨੇ ਆ ਕੇ ਮਹਾਂਪੁਰਸ਼ਾਂ ਨੇ ਬਾਂਹ ਖੜੀ ਕਰਕੇ ਹੋਕਾ ਦਿੱਤਾ ਹੈ ਵੀ ਅਗਰ ਕਿਸੇ ਨੇ ਸ਼ਰਾਬ ਚੋਂ, ਮੀਟ ਚੋਂ, ਜੂਏ ਚੋਂ, ਤੰਬਾਕੂ ਚੋਂ, ਹੋਰ ਕੋਈ ਭੈੜੇ ਖੋਟੇ ਐਪ ਚੋਂ ਕੋਈ ਨਫ਼ਾ ਖੱਟਿਆ, ਉਹ ਬਾਂਹ ਖੜੀ ਕਰਕੇ ਦੱਸੇ। ਇਹਦੇ ਨਾਲ ਤੁਹਾਡੇ ਤਨ ਦਾ ਨੁਕਸਾਨ ਹੋਏਗਾ, ਧਨ ਦਾ ਹੋਏਗਾ, ਲੋਕ ਤੁਹਾਡਾ ਅਪਜਸ ਕਰਨਗੇ। ਮੈਂ ਆਸ਼ਾ ਕਰਦਾ ਸਵਾਲ ਸਾਰੇ ਪ੍ਰੇਮੀਆਂ ਦੇ ਬੜੇ ਅੱਛੇ ਸੰਗਤ ਦੇ ਫਾਇਦੇ ਵਾਸਤੇ ਹੈ। ਸਾਨੂੰ ਐਪ ਛੱਡ ਦੇਣਾ ਚਾਹੀਦਾ, ਐਪ ਨੂੰ ਸਿੱਧ ਕਰਨ ਵਾਸਤੇ ਹੋਰ ਝੂਠ ਨਹੀਂ ਘੜਨੇ ਚਾਹੀਦੇ ਗੇ, ਹੋਰ ਸਾਨੂੰ ਗੁਰੀਆਂ ਮਸਾਲਾਂ ਦੇ ਕੇ ਉਹਨੂੰ ਇਹ ਸਿੱਧ ਕਰਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਕਿ ਐਪ ਇਹ ਅੱਛਾ ਹੈ। ਸੱਚ ਤਾਂ ਇਹ ਹੈ ਕਿ ਜਦੋਂ ਸਤਿਗੁਰੂ ਨਾਮ ਦਿੰਦਾ ਹੈ, ਸ਼ਬਦ ਰੂਪ ਹੋ ਕੇ ਹਰ ਸਸੰਗੀ ਦੇ ਅੰਦਰ ਬੈਠ ਜਾਂਦਾ ਹੈ, ਤੀਸਰੇ ਤਿਲ ਅੰਦਰ ਆਪਣੀ ਉਹ ਸੀਟ ਕਾਇਮ ਕਰ ਲੈਂਦਾ ਹੈ, ਉਹਨਾਂ ਚਿਕਰ ਨਹੀਂ ਛੱਡਦਾ ਗਾ ਜਿੰਨਾ ਚਿਕਰ ਉਹਨੂੰ ਤੁਰਤ ਆਉਣਾ ਪਹੁੰਚਾ ਦੇ। ਇਹ ਸੂਰਮੇ ਗੁਰੂ ਦਾ ਜੋ ਵਾਕ ਹੈ, ਇਹ ਜ਼ਿੰਦਗੀ ਦੇ ਵਿੱਚ ਹੀ ਸਤਸੰਗੀ ਵੇਖ ਲੈਂਦੇ ਹੈ ਕਿਵੇਂ ਉਹ ਪੂਰਾ ਉਤਰਦਾ ਹੈ। ਹੁਣ ਤੁਸੀਂ ਦੇਖ ਲਓ, ਜਿੱਥੇ ਗੁਰੂ ਬੈਠਾ ਹੈ ਉੱਥੇ ਅਸੀਂ ਤੰਬਾਕੂ ਜਾਂ ਸ਼ਰਾਬ ਪਾਵਾਂਗੇ ਕਿ ਅਸੀਂ ਗੁਰੂ ਦਾ ਆਦਰ ਕਰ ਰਹੇ ਹੋਵਾਂਗੇ? ਸੱਚ ਤਾਂ ਅਸੀਂ ਗੁਰੂ ਦੀ ਨਰਾਦਰੀ ਕਰ ਰਹੇ ਹੁੰਦੇ ਹਾਂ। ਸੋ ਪਿਆਰੇ, ਉਹ ਸਤਸੰਗੀ ਨੂੰ ਹਰ ਐਪ ਤੋਂ ਬਚਣਾ ਚਾਹੀਦਾ ਹੈ। ਆਪਦੀ ਆਤਮਾ ਨੂੰ ਪਵਿੱਤਰ ਬਣਾਓ, ਇਸੇ ਚ ਫਾਇਦਾ ਹੈ। Nosotros esperamos de ti, bendiciones imploramos, nuestros corazones sedientos están de amor, hacia ti, Sanji, Sanji. Te amo. Buenas noches.